ਭਾਈ ਸਾਰੇ ਭਰਾ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਦਫਰਪੁਰ ਤੋਂ, ਉਹ ਵੀ ਸਾਡੇ ਦਰਬਾਰ ਪਹੁੰਚੇ, ਉਹਨਾਂ ਦਾ ਅੱਜ ਦੇ ਸਬੰਧੇ ਕੰਮ ਤੇ ਪਹੁੰਚਣ ਤੇ ਦਿਲੋਂ ਧੰਨਵਾਦ ਹੈ। ਇਧਰ ਬਾਈ ਜਿਹੜੇ ਨੇ ਦੰਦਾਂ ਦੇ ਨਾਲ ਸਾਈਕਲ ਚੱਕਿਆ ਸੀ, ਉਹ ਵੀਰ ਦਾ ਮਾਣ ਜਿਹੜਾ ਕਲੱਬ ਵੱਲੋਂ 500 ਦੇ ਨਾਲ ਕੀਤਾ ਜਾ ਰਿਹਾ, ਬਹੁਤ ਵੱਡਾ ਧੰਨਵਾਦ ਹੈ। ਉਹੀ ਗੱਲ ਨੀ ਸੁਣੇ ਵੀਰ। ਔਰ ਇਧਰ ਬਾਈ ਲਾਲੀ ਪੁਜਾਇਆ ਭਰਾ ਸਾਡਾ ਖਾਨਪੁਰੀ ਹੈ, ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਹੈ। ਜਦੋਂ ਜਦੋਂ ਵੀ ਤਾਂ ਪਿੰਡਾਂ ਵੱਲ ਆਈਦਾ ਤੇ ਬੜਾ ਮਾਣ ਬੜਾ ਪਿਆਰ ਬਖਸ਼ਦਾ ਭਰਾ ਸਾਡਾ। ਦੁਆਵਾਂ ਨੇ ਵੱਡੇ ਵੀਰ ਦੇ ਲਈ। ਕੱਲ ਸਹਿਬਾਜਪੁਰੀ ਵੱਡਾ ਮਾਣ ਕੀਤਾ ਸਾਡੇ ਨੇ, ਨਾਲ ਠੁੱਲੀ ਵਾਲ ਦੇ ਸਣੀ ਦਾ ਵੱਡਾ ਮਾਣ ਕੀਤਾ ਤੇ ਵੀਰਾਂ ਨੇ ਕਿਹਾ ਵੀ ਵੀਰਾ ਕੱਲ ਅਸੀਂ ਅਮਰ ਤੇ ਤੇਰਾ ਮਾਣ ਵੀ ਆਪਾਂ ਕਰਨਾ ਹੈ, ਔਰ ਭਰਾ ਵੱਲੋਂ ਇਹਨਾਂ ਬੋਲਾਂ ਦਾ ਵੀ ਮਾਣ ਕੀਤਾ ਜਾਣਾ ਹੈ। ਅੱਜ ਦੇ ਵੱਡੇ ਕੱਪ ਦੇ ਉੱਤੇ ਬਾਈ ਲਾਲੀ ਭਰਾ ਸਾਡਾ ਖਾਨਪੁਰੀ ਬੜਾ ਪਿਆਰਾ ਵੀਰ ਹੈ, ਨਾਲ ਬਾਈ ਜੱਸਾ ਪੁੱਜਿਆ ਹੋਇਆ, ਬਹੁਤ ਸਤਿਕਾਰਯੋਗ ਵੀਰ ਨੇ ਸਾਡੀ ਜ਼ਿੰਦਗੀ ਦੇ। ਵਾਹ ਜੀ ਵਾਹ, ਬਿਲਕੁਲ ਜੀ, ਬਹੁਤ ਹੀ ਸਤਿਕਾਰਯੋਗ। ਸ਼ੇਅਰ ਕਰ ਦਿਓ, ਸ਼ੇਅਰ ਬਹੁਤ ਹੀ ਤਕੜਾ ਮੈਂ ਜੀ, ਸ਼ੇਅਰ ਕਰ ਦਿਓ। ਆਰਐਸ ਪ੍ਰਧਾਨ ਅਤੇ ਜਸਵੀਰ ਸਿੰਘ ਜੀ, ਵਾਈਸ ਪ੍ਰਧਾਨ ਸਾਹਿਬਾਨ, ਸੋ ਸਾਰਿਆਂ ਦਾ ਹੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ, ਬਹੁਤ ਧੰਨਵਾਦ ਹੈ। ਸੋ ਸਾਡੇ ਸਤਿਕਾਰਯੋਗ ਸੋ ਲਾਲੀ ਪ੍ਰਧਾਨ ਜੀ ਖਾਨਪੁਰ ਤੇ ਜਸ ਬਾਈ ਤੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਨੇ। ਸੋ ਸਾਰਿਆਂ ਨੂੰ ਹੀ ਮੇਨ ਮੰਚ ਤੋਂ ਜੀ ਆਇਆਂ ਨੂੰ ਆਖਦੇ ਹਾਂ, ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਤਿਉਂ ਤਿਉਂ ਸਾਡੀਆਂ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਮੇਨ ਮੰਚ ਤੇ, ਸੋ ਉਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਦੱਸਾਂਗੇ ਜਦੋਂ ਵੀ ਹੋਇਆ ਚੁੱਗੇ ਤੇ ਘੱਟਿਆਣੀ ਦੀ ਡੰਗ ਖੜਕਣੀ ਆ। ਉਹ ਬੱਲੇ ਰਾਜਪਾਲ, ਰਾਜਪਾਲ ਗਲਤੀ ਕਰ ਗਿਆ। ਹਾਂਜੀ ਹਾਂਜੀ ਪੰਕਜ ਜੀ, ਸ਼ੇਅਰ ਕਰਿਓ ਬਾਈ ਸਾਰੇ ਭਰਾ, ਬਹੁਤ ਬਹੁਤ ਧੰਨਵਾਦ, ਕਰੀ ਆਓ ਸ਼ੇਅਰ ਸਾਰੇ ਭਰਾ। ਬਾਈ ਜੀ ਆ ਗੱਲੋਂ ਵਾਲੇ ਵੀਰਾਂ ਦਾ ਨਾ ਯਾਰ ਮੇਰੇ ਕੋਲ ਫੋਨ ਹੈ, ਇੱਕ ਹੋਰ ਜੁੜ ਗਿਆ ਹੈ, ਮੇਰੇ ਵੀਰ ਦਾ ਵੀ ਹੈ ਤੇ ਮੇਰਾ ਵੀਰ ਬਣ ਕੇ ਜ਼ਰੂਰ ਸੰਪਰਕ ਕਰ ਲੈ ਮੇਰੇ ਤੋਂ। ਮੇਰੀ ਬੇਨਤੀ ਹੈ ਮੇਰੇ ਭਰਾ ਨੂੰ, ਵੈਸੇ ਵੀ ਜੋ ਗਰਾਊਂਡ ਨੰਬਰ 1 ਦਾ ਮੈਚ ਤੇ ਬਹੁਤ ਟਾਪ ਦਾ ਖੇਡਿਆ ਜਾ ਰਿਹਾ ਹੈ, ਜਿਹੜੇ ਮੁੰਡੇ ਆ ਗਏ ਆ ਸਟੇਜ ਵਾਲੀ ਸਾਈਡ, ਆਹ ਮੁੰਡਿਆਂ ਦਾ ਤਲਵੰਡੀ ਸਾਬੋ ਦੇ ਇਲਾਕੇ ਦਾ ਪਿੰਡ ਹੈ, ਬੰਗੀ ਪਿੰਡ ਆ ਮੇਰੇ ਮਿੱਤਰ, ਜ਼ਿਲ੍ਹਾ ਬਠਿੰਡਾ ਮੁੰਡਿਆਂ ਨੂੰ ਪੈ ਜਾਂਦਾ, ਔਰ ਦੂਸਰੀ ਸਾਈਡ ਪਨਿਹਾਰੀ ਪਿੰਡ ਹੈ ਜ਼ਿਲ੍ਹੇ ਸਰਸੇ ਦਾ, ਬੜੀ ਕਿਵੇਂ ਮੇਰੇ ਮਿੱਤਰੋ ਵੱਡੀ ਟੀਮ ਹੈ, ਔਰ ਅੱਜ ਦੇ ਮੇਲੇ ਦੀ ਦਾਅਵੇਦਾਰ ਮੰਨੀ ਜਾਣ ਵਾਲੀ ਟੀਮ ਹੈ, ਆਪਣੇ ਦਰਮਿਆਨ ਪੁੱਜੀ ਹੋਈ ਹੈ, ਵੀ ਟੱਕਰ ਹੋ ਗਈ ਸ਼ੇਰਾਂ ਦੀ ਤੇ ਖੜਕੇ ਪੇਠੇ ਕੁੱਲ ਜਮਾਨਾ, ਕੱਪ ਉਹੀ ਹੋ ਜਿੱਤਣਗੇ, ਔਰ ਜਿਹਨਾਂ ਦੇ ਪੌੜਿਆਂ ਪੱਤਾ ਗੁੱਟਾਂ ਵਿੱਚ ਜਾਂਦਾ ਕੱਪ ਉਹੀ ਹੋ ਜਿੱਤਣਗੇ। ਆ ਮੇਲਾ ਗੁੱਟਾ ਬਾਣਾ ਕਹਿੰਦੇ ਗੁਰਨੈਲ ਸਿੰਘ ਪੰਨੂ ਆਪਣੇ ਪੁੱਤਰ ਦੀ ਖੇਡ ਦੇ ਬਾਣ ਹੈ, ਬਾਬਾ ਰਣਜੀਤ ਕੰਪੂ ਇਹ ਮੱਲੇ ਵਾਲਾ ਗੋਟਾ, ਇਹ ਸਾਊਂਡ ਵਾਲੇ ਦੇ ਸਿੱਲ ਜਿਹਾ ਹੀ ਕਰਦੇ, ਥੋੜੇ ਜਿਹੇ ਕੱਟ ਗਿਆ, ਬੜਾ ਪਿਆਰਾ ਸਾਊਂਡ ਹੈ, ਸਾਊਂਡ ਵਾਲਾ ਭਰਾ ਸਾਡਾ, ਬਹੁਤ ਪਿਆਰੀ ਸਾਊਂਡ ਲੱਗੀ ਹੋਈ ਹੈ ਤਵਾਵਾਂ ਨੇ ਸਾਡੇ ਵੀਰ ਦੇ ਲਈ। ਉਧਰ ਬਾਈ ਲਾਲੀ ਖਾਨਪੁਰੀ ਆ ਭਰਾ ਸਾਡਾ ਪ੍ਰਧਾਨ ਪੁੱਜਿਆ ਹੋਇਆ, ਨਾਲ ਉਹਨਾਂ ਦੇ ਮਿੱਤਰ ਬਾਈ ਰਕੇਸ਼ ਜੋਸ਼ੀ ਜੀ ਪੁੱਜੇ ਹੋਏ ਆ, ਹੈਰੀ ਲੋਹੀ ਬੰਗੀ ਵਾਲਾ ਗੋਪੀ ਤਕੜਾ ਮੱਲ ਹੋ ਗਿਆ, ਹੈਰੀ ਲਖਿਆਣ ਸਾਡਾ ਵੀਰ ਤੇ ਨਾਲ ਬਾਈ ਹਰਦੀਪ ਜਲਦਾਰ ਤੇ ਜੱਸਾ ਖਾਨਪੁਰੀ ਆ, ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ। ਦੋ ਜੀਰੋ ਦੋ ਜੀਰੋ ਪਿੰਦਰ ਪਟਾਕਾ ਪਾ ਗਿਆ, ਜੀਰੋ ਦੋ ਤੋਂ ਚੇਂਜ ਹੈ ਜੀ ਨੰਬਰ, ਕੁਲਦੀਪ ਸਿੰਘ ਜੀ ਸਰਵਿਸ ਕੰਪਿਊਟਰ, ਅਕਸ਼ੇ ਜੱਟ ਰੋਸ਼ਾ ਬੀ ਦਾ ਮੈਚ ਵੀਰੇ
ਲੈਣਾ ਖੇਡਿਆ ਜਾਣਾ ਵੀਰੇ ਕੁਆਟਰ। ਕੁਲਦੀਪ ਸਿੰਘ ਜੀ ਸ਼ੇਅਰ ਕਰਿਓ ਵੀਰੇ, ਬਹੁਤ ਬਹੁਤ ਧੰਨਵਾਦ, ਕਰੀ ਜਾਓ ਸ਼ੇਅਰ ਸਾਰੇ ਭਰਾ। ਮੈਚ ਬਹੁਤ ਤਕੜਾ, ਇੱਧਰ ਗੋਪੀ ਬੰਗੀ, ਉੱਧਰ ਦੋਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਔਰ ਜਿਹੜੇ ਵੀਰ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਪੁੱਜਦੇ ਜਾ ਰਹੇ ਨੇ, ਸਾਰੇ ਵੀਰਾਂ ਦੇ ਲਈ ਦੁਆਵਾਂ ਨੇ। ਔਰ ਇੱਧਰ ਵੀ ਮੁਕਾਬਲਾ ਬੜਾ ਜਾਨਦਾਰ ਖੇਡਿਆ ਜਾ ਰਿਹਾ ਮੇਰਾ ਵੀਰ, ਬਹੁਤ ਪਿਆਰੇ ਵੀਰ ਹੋ ਤੁਸੀਂ ਸਾਡੀ ਜ਼ਿੰਦਗੀ ਦੇ। ਔਰ ਇੱਧਰ ਵੀਰ ਜਿਹੜੇ ਪੁੱਜੇ ਹੋਏ ਨੇ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ, ਇੱਧਰ ਕਲੱਬ ਵਾਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਹੈ, ਬਾਈ ਗਗਨ ਸੁਮਲ ਪ੍ਰਧਾਨ, ਰਾਜਾ ਚੰਡ ਜੀ, ਚਰਨਜੀਤ ਸੁਮਲ, ਨਰਿੰਦਰ ਸੁਮਲ, ਤਰਸ ਸਿੰਘ, ਹਰਿੰਦਰ ਸਿੰਘ, ਨਾਲ ਬਾਈ ਮਹਿੰਦਰ ਵਿੱਕੀ, ਨਾਲ ਬਾਈ ਰਵਿੰਦਰ ਦੀਪੂ, ਨਰਿੰਦਰ ਸਿੰਘ ਨਿੱਕਾ, ਜਸਪਾਲ ਸਿੰਘ, ਭੂਆ ਪੁਨੀਆ, ਟੋਨੀ ਪੁਨੀਆ, ਨਾਲ ਬਾਈ ਸਨੀ ਚੰਡ ਤੇ ਬਾਈ ਅਰਸ਼ਦੀਪ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ। ਓ ਬੱਲੇ ਆ ਕੀਲਾ ਮੁੰਡਾ ਰਟਮਣ ਬਾਈ, ਬਹੁਤ ਬੜਾ ਧੰਨਵਾਦ ਹੈ। ਇੱਧਰ ਸਾਡਾ ਬਹੁਤ ਸਤਿਕਾਰ ਦੇ ਵੀਰ ਹੈ ਨਿਰਭੈ ਪੁਨੀਆ, ਉਹਦਾ ਗਾਣਾ ਅਸੀਂ ਵੀ ਕਰਦੇ, ਬੜੀ ਤਕੜਾ ਮੈਚ ਹੈ ਜੀ, ਬਹੁਤ ਅਲੱਗ ਹੈ, ਬੜਾ ਹਿੱਟ ਸੁਪਰ ਹਿੱਟ ਗਾਣਾ ਰਿਹਾ। ਔਰ ਉਸਦੇ ਫਾਦਰ ਸਾਹਿਬ ਸਾਡੇ ਨਾਲ ਬੈਠੇ ਹੋਏ ਆ, ਬਾਈ ਗਗਨ ਭਰਾ ਸਾਡਾ ਗਗਨ ਸੁਮਲ ਕਹਿੰਦਾ ਵੀਰ ਦੇ ਨਾਲ ਆਪਣਾ ਬਹੁਤ ਪਿਆਰਾ ਭਰਾ ਆ, ਤੇ ਗਗਨ ਸੁਮਲ ਵੱਲੋਂ ਸਾਡੇ ਵੀਰ ਦਾ ਮਾਣ ਜਿਹੜਾ ਉਹ ਚਾਂਦੀ ਦੇ ਕੜੇ ਦੇ ਨਾਲ ਕੀਤਾ ਜਾਣਾ। ਬਹੁਤ ਵੱਡੀ ਮੁਬਾਰਕਬਾਦ, ਇੱਕ ਤਾੜੀ ਮਾਰੋ ਯਾਰ ਵੀਰ ਦੇ ਲਈ, ਬੜੀ ਖੁਸ਼ੀ ਦੀ ਗੱਲ ਹੈ, ਬੜਾ ਪਿਆਰਾ ਵੀਰ ਹੈ ਸਾਡੀ ਜ਼ਿੰਦਗੀ ਦਾ, ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਨਿਰਭੈ ਪੁਨੀਆ ਪ੍ਰਸਿੱਧ ਪੰਜਾਬੀ ਲੋਕ ਗਾਇਕ ਹੈ, ਬਹੁਤ ਵੱਡਾ ਨਾਮ ਹੈ ਕਹਿੰਦੇ ਗਾਇਕੀ ਦੀ ਦੁਨੀਆ ਦੇ ਵਿੱਚ, ਤੇਰੀ ਅਗਵਾ ਦਾ ਇਹਨੇ ਇਲਾਕਾ ਕਹਿੰਦੇ ਪ੍ਰਸਿੱਧ ਕੀਤਾ ਹੈ, ਬਹੁਤ ਵੱਡਾ ਨਾਮ ਹੈ ਤੇ ਗੀਤ ਬੜਾ ਹਿੱਟ ਹੋਇਆ ਸੀ, ਉਹਦੇ ਫਾਦਰ ਸਾਹਿਬ ਪੁੱਜੇ, ਨਿਰਭੈ ਬਾਈ ਯੂਐਸਏ ਕਨੇਡਾ ਰਹਿੰਦਾ ਹੈ ਤੇ ਫਾਦਰ ਸਾਹਿਬ ਅੱਜ ਪੁੱਜੇ ਹੋਏ ਹੈ, ਤੇ ਅੱਜ ਵੱਡਾ ਮਾਣ ਵੱਡਾ ਪਿਆਰ ਗਗਨ ਸੁਮਲ ਦੇ ਨਾਲ, ਕਹਿੰਦੇ ਭਾਈਆਂ ਤੋਂ ਵੱਧ ਕੇ ਪਿਆਰ ਹੈ ਨਿਰਭੈ ਦਾ, ਇਕੱਠੇ ਖੇਡੇ ਇਕੱਠੇ ਪੜ੍ਹੇ ਤੇ ਅੱਜ ਵੱਡੇ ਮਾਣ ਚਾਂਦੀ ਦੇ ਕੜੇ ਦੇ ਨਾਲ ਕੀਤੇ ਜਾਣਗੇ, ਫਾਦਰ ਸਾਹਿਬ ਪੁੱਜੇ ਹੋਏ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ। ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ, ਤੇ ਉੱਧਰ ਕਹਿੰਦੇ ਧਰਤੜ ਜਾਂਦਾ ਇਸ ਇਲਾਕੇ ਦਾ ਲਾਡੀ ਖਾਣ ਪਈਆ, ਇਸਦੇ ਯਾਦ ਮਹਿਸਾਨ ਦਾ ਦਿਖਾਈ ਨਹੀਂ, ਜੱਸੇ ਅਰਗੇ ਭਰਾ ਪੁੱਜੇ ਹੋਏ ਹੈ, ਚਿੰਤਾ ਚੱਲਦਾ ਕਹਿੰਦੇ ਜਿੰਨੇ ਵੀ ਮਿੱਤਰ ਮੰਡਲੀ ਆਈ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ। ਵੱਡੇ ਮੁਕਾਬਲੇ ਖੇਡੇ ਜਾ ਰਹੇ ਹੈ, ਬਹੁਤ ਵੱਡੇ ਮੁਕਾਬਲੇ ਖੇਡੇ ਜਾ ਰਹੇ ਨੇ, ਬੂਟੇ ਬਾਈ ਬਹੁਤ ਜਾਮ ਜਿਹੜੀਆਂ ਡੇਟਾਂ ਉਹ ਢਿੱਲੋਂ ਖਾਨਪੁਰ ਦੇ ਵਿੱਚ ਵੀ ਉਲੀਕੀਆਂ ਜਾਣਗੀਆਂ। ਸਾਡਾ ਲਾਲੀ ਬਾਈ ਕਹਿੰਦਾ ਵੀ ਆਪਾਂ ਖਾਨਪੁਰ ਦੇ ਵਿੱਚ ਵੀ ਬਹੁਤ ਵੱਡਾ ਮੇਲਾ ਕਰਵਾਉਣਾ, ਬਾਈ ਜੋਸੇ ਵਰਗੇ ਵੀਰ ਆ ਸਾਡੇ, ਔਰ ਨਾਲ ਉਹਨਾਂ ਨੇ ਬਾਈ ਰਕੇਸ਼ ਜੋਸ਼ੀ ਪੁਜਾ ਆ, ਨਾਲ ਬਾਈ ਹੈਰੀ ਲਖਿਆਲ, ਨਾਲ ਬਾਈ ਹਰਦੀਪ ਚਾਵਦਾਰ, ਜਿਹੜੇ ਵੱਡੇ ਭਰਾ ਪੁੱਜੇ ਆ, ਤੇ ਵੱਡੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ। ਇੱਧਰ ਬੜਾ ਤਾਪ ਦਾ ਮੁਕਾਬਲਾ ਉਹ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ, ਮਾਣ ਸਨਮਾਨ ਸਾਨੂੰ
ਬਾਬਾ ਜੀ ਨੇ ਬਖਸ਼ੇ ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰੱਖੇ ਸਾਡੀ ਮਿਹਨਤ ਨੂੰ ਫਲ ਲੱਗਾ ਦੇਖ ਕੇ ਕਿਉਂ ਚੁਗਲਾਂ ਦੇ ਨੇ ਨਾਚ ਲੜਦੇ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਮੁਕਾਬਲਾ ਲੱਗਣਾ ਇੱਧਰ ਜੀ ਉੱਪਰ ਵਾਲੀਆਂ ਜਿਹੜੀਆਂ ਪਰਚੀਆਂ ਨੇ ਉਹ ਵੀ ਪਾਈਆਂ ਜਾ ਰਹੀਆਂ ਨੇ ਜਿਹੜਾ ਲੱਕੀ ਡਰਾ ਕਰ ਦੇਣਾ ਤੇ 100 ਦੀ ਪਰਚੀ ਅਤੇ ਜਿਹੜਾ ਵੀ ਭਰਾ ਉਸ ਪਰਚੀ ਦਾ ਜੇਤੂ ਰਹੂਗਾ ਉਹਨੂੰ ਕੂਲਰ ਦਿੱਤਾ ਜਾਣਾ ਕੂਲਰ ਵੀ ਕੋਈ ਨਾਰਮਲ ਨੀ ਵੀਰ ਕਹਿੰਦਾ ਵੀ ਘੱਟੋ ਘੱਟ 10-12 ਹਜ਼ਾਰ ਰੁਪਇਆ ਕੀਮਤ ਆ ਕੂਲਰ ਦੀ ਸਾਗਰ ਵਿੱਚ ਨਾ ਪੈਂਦੇ ਕੁੱਝੇ ਇਹ ਗੱਲਾਂ ਪੱਕੀਆਂ ਨੇ ਪਨਿਹਾਲੀ ਦਾ ਮੈਚ ਮੇਰੇ ਮਿੱਤਰੋ ਔਰ ਖੇਡਿਆ ਜਾ ਰਿਹਾ ਬੰਗੀ ਗੋਪੀ ਦੀ ਟੀਮ ਦੇ ਨਾਲ ਆ ਕਹਿੰਦੇ ਮਿੱਤਰ ਤੇ ਇਹਦਾ ਖੰਜਰਾਲ ਪਿੰਡ ਹੈ ਔਰ ਇੱਕ ਨੰਬਰ ਆਪਣੇ ਖੇਡਾਂ ਨੂੰ ਜੋੜ ਚੁੱਕੇ ਆ ਆਓ ਜੀ ਇੱਕ ਨੰਬਰ ਗਰਾਊਂਡ ਦੇ ਹੈਲੋ ਇੱਕ ਨੰਬਰ ਗਰਾਊਂਡ ਦੇ ਵਿੱਚ ਟੀਮਾਂ ਆਉਣ ਵੀਰੇ ਹੋਸ਼ ਵੀ ਤੇ ਗਿੱਲ ਲੁਧਿਆਣਾ ਇਹ ਟੀਮਾਂ ਆ ਜਾਣਗੀਆਂ ਔਰ ਘੱਟੇ ਵਾਲੀ ਤੇ ਚੁੱਕੇ ਇਹ ਮੁੰਡੇ ਆਉਣ ਜੀ 2 ਨੰਬਰ ਗਰਾਊਂਡ ਦੇ ਵਿੱਚ ਹੈਲੋ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬਾਈ ਸੁਖਾ ਧਰਵਾ ਘਮੰਡਗੜ੍ਹ ਤੋਂ ਨਾਲ ਪਿਆਰੇ ਬੱਚੇ ਅੰਬਰਜੋਤ ਸਿੰਘ ਤੇ ਰੁਪਾਨ ਕੌਰ ਸਾਡੇ ਦਰਮਿਆਨ ਪੁੱਜੇ ਆ ਅੱਜ ਦੇ ਸੁਪੱਟੇ ਮੇਲੇ ਤੇ ਪਹੁੰਚਣ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਦਿਲੋਂ ਸਵਾਗਤ ਹੈ ਵਾਕਈ ਬਹੁਤ ਵੱਡਾ ਮੈਚ ਮੇਰੇ ਪੰਜਾਬੀ ਵੀਰੋ ਹਰਿਆਣੇ ਤੇ ਪੰਜਾਬ ਦਾ ਇਹ ਮੈਚ ਮਿੱਤਰੋ ਵੀ ਹਨ ਗਈਆਂ ਗੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹੋ ਕਰਦੇ ਟੀਮਾਂ ਦੋਨੋਂ ਚੰਗੀਆਂ ਅੱਜ ਬੋਲਟ ਉਹਨੂੰ ਦਿੱਤਾ ਜਾਣਾ ਜਿਹਨੇ ਵੱਧ ਤੈਅ ਕੀਤਾ ਅੱਜ ਬੋਲਟ ਕਹਿੰਦੇ ਉਹਨੂੰ ਦਿੱਤਾ ਜਾਣਾ ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੇ ਹਾਂ ਖੇਡ ਮੈਦਾਨ ਦੇ ਵਿੱਚ ਸਫਲਤਾ ਕਹਿੰਦੇ ਫਿਰ ਬੰਗੀ ਦੀ ਟੀਮ ਲਈ ਜੁੜ ਗਈ ਹੈ ਜੀਵਨ ਕਨੇਡਾ ਨਾਲ ਗੁਰਪ੍ਰੀਤ ਝੱਜ ਦੋਨਾਂ ਵੀਰਾਂ ਨੇ ਜਿਹੜੇ ਅੱਜ ਬੁਲਟ ਦਿੱਤੇ ਜਾਣੇ ਹੈ ਕਿਹੜੇ ਕਿਹੜੇ ਮੁੰਡੇ ਅੱਜ ਬੋਲ ਸਾਡੇ ਜੇਤੂ ਹੋਣਗੇ ਉਧਰ ਸਾਡੇ ਬਹੁਤ ਹੀ ਸਤਿਕਾਰ ਢੋਲਾ ਢੋਲ ਜੀ ਲਾਡੀ ਨਾਗਰਾ ਜੀ ਸਾਡੇ ਦਰਮਿਆਨ ਪੁੱਜੇ ਅੱਜ ਦੇ ਵੱਡੇ ਕੱਪ ਦੇ ਉੱਤੇ ਉਹਨਾਂ ਦਾ ਇਸ ਵੱਡੇ ਕੱਪ ਤੇ ਪਹੁੰਚਣ ਦੇ ਦਿਲੋਂ ਧੰਨਵਾਦ ਤੇ ਨਾਲ ਦਾ ਮੈਚ ਨੇਟੇ ਵਾਲਾ ਭਰਾ ਸਾਡਾ ਆਇਆ ਹੋਇਆ ਔਰ ਦਿਲੋਂ ਦਵਾ ਬੁੱਲਟ ਅਟੈਕ ਮੈਚ ਜੀ ਇਸ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਦੱਬ ਕੇ ਮੇਰੇ ਵੀਰੋ ਸ਼ੂਟਿੰਗ ਆਲਰੇਡੀ ਪਈ ਅਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਕਰੀ ਜਾਓ ਸ਼ੇਅਰ ਬਹੁਤ ਬਹੁਤ ਧੰਨਵਾਦ ਉਹ ਭੱਲੇ ਮਣੀ ਬਾਸੀਆਂ ਵਾਲਾ ਮਣੀ ਉੱਧਰ ਇੱਧਰ ਬੰਗੀ ਵਾਲਾ ਗੋਪਾ ਨਾਲ ਪੱਲੂ ਵਾਲਾ ਤਕੜਾ ਮੈਚ ਮੁੰਡਿਆ
ਉਹ ਸਾਡਾ ਬਹੁਤ ਪਿਆਰਾ ਵੀਰ ਆ ਬਾਈ ਸੋਨੂੰ ਭਾਗੋ ਬਾਜਰ ਵਾਲਾ, ਉਹ ਕਹਿੰਦਾ ਵੀ ਗਰਾਊਂਡ ਨੰਬਰ 2 ਦੇ ਵਿੱਚ ਜਿਹੜਾ ਮੈਚ ਚੱਲ ਰਿਹਾ, ਜੇ ਮੁੰਡੇ ਜਿੱਤ ਜਾਣ ਸਰਾਵਾਂ ਪਿੰਡ ਵਾਲੇ, ਤੇ ਜਿਹੜਾ ਮੁੰਡਾ ਨੈੱਟ ਤੇ ਖੇਡਦਾ ਮਣੀ ਤੇ ਮਣੀ ਦਾ ਮਾਣ ਆਪਾਂ 5200 ਦੇ ਨਾਲ ਕਰ ਦਿਆਂਗੇ। ਬਹੁਤ ਵੱਡੀ ਮੁਬਾਰਕਬਾਦ ਆ ਭਰਾ ਸਾਡਿਆਂ ਨੂੰ। ਉਧਰ ਬਾਈ ਚੈਲੀ ਸਨੇਟਾ ਪੁੱਜਿਆ, ਨਾਲ ਬਾਈ ਭੋਲਾ ਢੋਲ ਤੇ ਨਾਲ ਬਾਈ ਲਾਡੀ ਨਾਗਰਾ ਜੀ ਵੀਰ ਆਇਆ ਤੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ। ਬੜੇ ਪਿਆਰੇ ਤੇ ਸਤਿਕਾਰ ਜੋਗੜੇ ਸਾਡੀ ਜ਼ਿੰਦਗੀ ਦੇ ਮਾਣ ਹੈ। ਅਨਿਲ ਜੀ ਮਣੀ ਦਾ ਮੈਚ ਦੇਖ ਰਿਹਾ, ਉਹ ਭੰਡਿਆਰੀ ਵਾਲੇ ਮੁੰਡਿਆਂ ਤੇ ਹੈ ਤੇ 3 ਨੰਬਰੇ ਕੰਡੇ ਬੰਗੀ ਢਿਆਲ ਦੀ ਟੀਮ ਤੇ ਬੜਾ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਦੋਨੋ ਟੀਮਾਂ ਕਹਿੰਦੇ ਬੜੀ ਕਮਾਲ ਦੀ ਖੇਡ ਖੇਡ ਰਹੀ ਹੈ। 7-3 ਦੀ ਟੱਕਰ ਹੈ, ਲਈ ਬੱਲੋ ਵਾਲੇ ਦੁਨੀਆ ਮਾਣ ਕਰਦੀ ਹੈ, ਥੋੜ ਵੀ ਮਿਲਿਆ ਮਾਣ ਸਨਮਾਨ ਦੇ ਵਿੱਚ। ਵੱਡੀ ਖੇਡ ਕਲੱਬ ਹੈ ਗੁਰਦੀਪ ਗਿੱਲ ਮੇਜਰ ਭਲੂਰ ਦੀ, ਥੋੜ ਦੇ ਨਾਲ ਬੰਦਾ ਮਾਣ ਕੀਤਾ ਹੈ। ਯੱਤ ਦਾ ਪੁੱਤ ਬੜਾ ਕਮਾਊ ਨੀ, ਹੁਣ ਤੇਰੇ ਪੇਕਿਆਂ ਨੂੰ ਖੋਲ ਸੋਕ ਲੈ ਜਾਊ। ਨੰਬਰ 4 ਹੋ ਗਿਆ ਹੈ, ਫਰਕ 2-3 ਨੰਬਰਾਂ ਦਾ ਹੀ ਬਾਕੀ ਹੈ। ਬੜਾ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੀ ਹੈ। ਇੱਧਰ ਮੁੰਡੇ ਕਹਿੰਦੇ ਰਾਜਪਾਲ ਵਰਗੇ, ਵਿੱਕੀ ਸੰਧੂ ਵਰਗੇ ਟੌਪ ਦੀ ਟੀਮ ਬਣੀ ਹੈ। ਆਹ ਕਹਿੰਦੇ ਕੋਡੀ ਵਾਲੇ ਬੱਲੀ ਦਾ ਚਹਿਤਾ ਖਿਡਾਰੀ ਮਾਰ ਕੀਤਾ, ਲਵ ਸੰਧੂ ਵਰਗਿਆਂ ਨੇ, ਦਿਲਰਾਜ ਬੱਲ ਵਰਗਿਆਂ ਨੇ, ਰਾਜ ਬੱਲ ਵਰਗਿਆਂ ਨੇ ਕਹਿੰਦੇ ਗੱਡੀ ਦਿੱਤੀ ਹੈ ਮੁੰਡੇ ਨੂੰ। ਤਕੜਾ ਤਕੜੀ ਬਹੁਤ ਬੜਾ ਧੰਨਵਾਦ ਹੈ। ਉਧਰ ਵਰਿੰਦਰ ਸਿੰਘ ਜੀ ਢੋਲ ਨਾਲ ਚੈਲੀ ਸਨੇਟਾ ਢੋਲਾ ਢੋਲ ਲਾਡੀ ਨਾਗਰਾ ਜੀ ਜੋ ਸਾਡੇ ਦਰਮਿਆਨ ਪੁੱਜੇ ਨੇ ਅੱਜ ਦੇ ਸਬੰਧੀ ਕੰਪ ਦੇ ਉੱਤੇ, ਬਹੁਤ ਵੱਡਾ ਧੰਨਵਾਦ ਦਿਲੋਂ ਦਵਾਵਾਂ ਨੇ ਵੀਰਾਂ ਦੇ ਲਈ। ਉਧਰ ਜੀਤ ਬਾਈ ਸਾਡਾ ਰੋਪੜ ਵਾਲਾ ਵੀ ਪੁੱਜਿਆ ਹੈ, ਪਿਛਲੇ ਦਿਨ ਟੂਰਨਾਮੈਂਟ ਕਰਵਾਇਆ ਰੋਪੜ ਦੀ ਧਰਤੀ ਤੇ, ਤੇ ਬੂਟੇ ਬਾਈ ਦੁਨੀਆਂ ਨੂੰ ਦੱਸਣ ਦੀ ਲੋੜ ਨੀ ਪੈਂਦੀ ਟੂਰਨਾਮੈਂਟ ਕਿੱਦਾਂ ਕਰਵਾਏ ਜਾਂਦੇ ਆ। ਬਹੁਤ ਵੱਡੀ ਮਿਹਨਤ ਕੀਤੀ ਭਰਾਵਾਂ ਨੇ, ਬੜੇ ਟਾਪ ਦੇ ਮੈਚ ਖੇਡੇ ਗਏ, ਔਰ ਮੇਰੇ ਮਿੱਤਰ ਰੋਪੜ ਦੀ ਧਰਤੀ ਤੇ ਰੋਪੜ ਵਾਲੇ, ਰੋਪੜ ਵਾਲੇ ਤੇ ਕੁਝ ਵੱਖਰਾ ਹੀ ਕਰਦੇ ਆ, ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ, ਬਾਕੀ ਜੋੜਿਆਂ ਦੀ ਵੱਖਰੀ ਜਮਾਤ ਆਉਂਦੀ ਹੈ। ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਤੇ ਛਿੰਨਾਂ ਵਿੱਚ ਕੋਈ ਗੱਲ ਬਾਤ ਹੁੰਦੀ ਹੈ, ਦੁਨੀਆਂ ਉਹਨਾਂ ਦੀਆਂ ਗੱਲਾਂ ਕਰਦੀ ਹੈ। ਰੋਪੜ ਵਾਲੇ ਵੀ ਪੁਰਾਣੇ ਯਾਰ ਹੈ, ਜਿਹੜੇ ਰੋਪੜ ਵਾਲੇ ਕਰਕੇ ਕੋਈ ਕਹਿੰਦੇ ਹੱਲ ਨਹੀਂ ਕਰ ਸਕਦਾ। ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜੱਸਾ ਭਾਗਾ ਜੀ, ਉਹ ਸਟੇਜ ਤੇ ਪਹੁੰਚਣ ਮੇਰੀ ਬੇਨਤੀ ਹੈ। ਬਹੁਤ ਸਤਿਕਾਰਯੋਗ ਨੇ ਵੀਰ ਸਾਡੇ ਰੋਪੜ ਵਾਲੇ, ਬੜੇ ਪ੍ਰਬੰਧਕ ਵੀਰ ਪਹੁੰਚੇ ਹੋਏ ਨੇ ਜੀਤ ਰੋਪੜ ਜੀ ਜਿਹੜੇ ਕਲੱਬ ਦੇ, ਔਰ ਪ੍ਰਧਾਨ ਨੇ ਸ਼ਿਵਾਲਿਕ ਸ਼ੂਟਿੰਗ ਵਾਲੀਬਾਲ ਕਲੱਬ ਦੇ ਜਿਹੜੇ ਆਰਗੇਨਾਈਜ਼ਰ ਨੇ ਉਹ ਸਾਡੇ ਦਰਮਿਆਨ ਪੁੱਜੇ ਨੇ, ਔਰ ਦਿਲੋਂ ਧੰਨਵਾਦ ਕਰਦੇ ਆ। ਪਿਛਲੇ ਦਿਨ ਹੀ ਬਹੁਤ ਵੱਡਾ ਮੇਲਾ ਕਰਵਾਇਆ ਰੋਪੜ ਦੀ ਧਰਤੀ ਤੇ, ਔਰ ਦਿਲੋਂ ਧੰਨਵਾਦ ਕਰਦੇ ਆ। ਬਾਈ ਵਰਿੰਦਰ ਸਿੰਘ ਢੋਲ ਨਾਲ ਬਾਈ ਲਾਡੀ ਨਾਗਰਾ ਜੀ, ਨਾਲ ਬਾਈ ਚੈਲੀ ਸਨੇਟਾ ਤੇ ਬਹੁਤ ਵੱਡਾ ਧੰਨਵਾਦ ਹੈ। ਔਰ ਅੱਜ ਦੇ ਸਬੰਧੇ ਕੱਪ ਦੇ ਉੱਤੇ ਪ੍ਰਧਾਨ ਸਾਡਾ ਖਾਨਪੁਰੀਆ ਪੁੱਜਿਆ ਹੋਇਆ, ਨਾਲ ਬਾਈ ਜੱਸਾ ਖਾਨਪੁਰੀਆ ਭਰਾ ਸਾਡਾ ਪੁੱਜਿਆ ਅੱਜ ਦੇ ਇਸ
ਵੱਡੇ ਕੱਪ ਦੇ ਉੱਤੇ ਔਰ ਦੋਨੋਂ ਦਬਾਵਾਂ ਨੇ ਦੋਨੋਂ ਪਿਆਰ ਹੈ ਪਰ ਇੱਧਰ ਤੇ ਮੁਕਾਬਲੇ ਆਹ ਬੜੇ ਵਧੀਆ ਖੇਡੇ ਜਾ ਰਹੇ ਹੈ ਔਰ ਚਾਤੇ ਕਿਵੇਂ ਹੋਣਗੇ ਸਰੀਰਾਂ ਦੇ ਲਾਉਂਦੇ ਮਿਹਨਤ ਉੱਠ ਕੇ ਜੋ ਤੜਕੇ ਆਹ ਧੰਨ ਚੋਰ ਜਵਾਨਾਂ ਦਾ ਲੈਜੰਡ ਭਰਿਆ ਮੇਲਾ ਲੁੱਟ ਕੇ ਆਹ ਰੀਅਲ ਘੋੜੇ ਨੇ ਤੇ ਚੰਦਰੇ ਕਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ ਲੋਡੀ ਪੌਂਦੀ ਫਿਰੇ ਜਵਾਨੇ ਰਾਜੇ ਰੰਗਲੇ ਪੰਜਾਬ ਦੀ ਧਰਤੀ ਆ ਉਹ ਮੇਰੇ ਮਿੱਤਰੋ ਰੌਣਕਾਂ ਲੱਗੀਆਂ ਹੋਈਆਂ ਨੇ ਬਾਰੋਪੁਰ ਭਾਗੋ ਬਾਜਰੇ ਦੀ ਧਰਤੀ ਹੈ ਔਰ ਦੁਨੀਆਂ ਦੇ ਵੱਡੇ ਮੱਲਾਂ ਨੂੰ ਜਨਮ ਦੇਣ ਵਾਲੀ ਭੂਮੀ ਹੈ ਬਿਲਕੁਲ ਜੀ ਮੇਲਾ ਪੂਰੇ ਜੋਗਰ ਤੇ ਉਧਰ ਜੀ ਪ੍ਰਕਾਸ਼ਾ ਪੈਂਟ ਵਾਲਾ ਸਾਡਾ ਵੀਰ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਪ੍ਰਬੰਧਕ ਵੀਰਾਂ ਨਾਲ ਅੱਗੇ ਜ਼ਰੂਰ ਸੰਪਰਕ ਕਰੋ ਲਓ ਵੱਡਾ ਮੈਚ ਤੇ ਸਮੇਂ ਸਮੇਂ ਦੇ ਨਾਲ ਕਹਿੰਦੇ ਮਹਿਮਾਨ ਵੀ ਆ ਰਹੇ ਆ ਇਹਨਾਂ ਮੈਚਾਂ ਦੇ ਲਈ ਵੱਡਾ ਧੰਨਵਾਦ ਆਪਾਂ ਕਰਾਂਗੇ ਸਾਰੇ ਵੀਰਾਂ ਨੇ ਆਪਾਂ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਸਟੇਜ ਤੇ ਸਾਡੇ ਸਾਰੇ ਮਾਪ ਤੇ ਸਰਕਾਰ ਦੇ ਵੀਰ ਮੈਚਾਂ ਦਾ ਆਨੰਦ ਮਾਣ ਰਹੇ ਹੈ ਆਓ ਬੱਗੀ ਵਾਲਾ ਬਠਿੰਡੇ ਵਾਲਾ ਆ ਗਾ ਕਹਿੰਦੇ ਮੱਲੋ ਦੀ ਧਰਤੀ ਦਾ ਬੂਟਾ ਜਾਂ ਤੇ ਕੁੜਾ ਢੋਲ ਦਾ ਪਾਟੂ ਜਾਂ ਫਿਰ ਚੱਲੂਗੀ ਨਾਲ ਤੇਰੇ ਆਓ ਟਿਕਟਾਂ ਦੋ ਲੈ ਲਈ ਬੱਗੀ ਵਾਲਾ ਫਿੱਟ ਰਹੀ ਸੱਤ ਸੱਤ ਨੰਬਰ ਹੋ ਗਿਆ ਆਓ ਫੈਸਲੇ ਖੇਡਾਂ ਦੇ ਪਾਈ ਦੇ ਆਖਿਆ ਸੀ ਵੀ ਬੱਗੀ ਵਾਲਿਆ ਫਿੱਟ ਰਹੀ ਸੱਤ ਸੱਤ ਨੰਬਰ ਹੋ ਗਈ ਹੈ ਸੋਹਣਾ ਮੈਚ ਵਾਜੀਵਾ ਬਹੁਤ ਵਧੀਆ ਮੁਕਾਬਲੇ ਚੱਲਦੇ ਹੋਏ ਉੱਧਰ ਗਰਾਊਂਡ ਦੇ ਵਿੱਚ ਕੱਲਾ ਕੱਲਾ ਮਸਲ ਗੁਆਈ ਜਿਹੀ ਭਰਦਾ ਮੁੰਡਾ ਮਿਹਨਤਾਂ ਵੀ ਜੀ ਤੋੜ ਕਰਦਾ ਕਸ਼ੇਰੇ ਗਹਿਦ ਮਜਾਰੀ ਮਿਹਨਤਾਂ ਨੂੰ ਪੈਂਦਾ ਦੂਰ ਹੈ ਮਿਹਨਤਾਂ ਦੇ ਨਾਲ ਹੁੰਦਾ ਬੰਦਾ ਮਸ਼ਹੂਰ ਹੈ ਉਧਰ ਵੀਰਾਂ ਨੇ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਵੀ ਗੁਰਵਾਰਸ ਸਿੰਘ ਆ ਭਰਾ ਸਾਡਾ ਨੈਸ਼ਨਲ ਖਿਡਾਰੀ ਆ ਭਰਾ ਸਾਡਾ ਸ਼ੂਟਿੰਗ ਰੇਂਜ ਦਾ ਔਰ ਉਹਦਾ ਮਾਣ ਜਿਹੜਾ ਉਹ ਸਮੁੱਚੇ ਕਲੱਬ ਵੱਲੋਂ ਕੀਤਾ ਜਾ ਰਿਹਾ ਬਹੁਤ ਵੱਡੀ ਮੁਬਾਰਕਬਾਦ ਆ ਭਰਾ ਸਾਡੇ ਨੂੰ ਗੁਰਵਾਰਸ ਸਿੰਘ ਨੈਸ਼ਨਲ ਖਿਡਾਰੀ ਆ ਭਰਾ ਸਾਡਾ ਪਿਸਟਲ ਸ਼ੂਟਿੰਗ ਰੇਂਜ ਦਾ ਔਰ ਉਹ ਵੀਰ ਦਾ ਮਾਣ ਜਿਹੜਾ ਸਮੁੱਚੇ ਕਲੱਬ ਵੱਲੋਂ ਕੀਤਾ ਜਾ ਰਿਹਾ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਬਾਈ ਜੀਤ ਚੌਮ ਆ ਜਿਹੜੇ ਤੋਂ ਵੀ ਬਜੇ ਹੋਇਆ ਹੈਲੋ ਔਰ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰ ਰਹੇ ਹਾਂ ਜਿਹੜੇ ਵੱਡੇ ਕੱਪ ਤੇ ਪਹੁੰਚ ਉੱਤੇ ਰਾਜਾ ਜੱਟ ਜੀ ਟੀਮਾਂ ਲੈਣ ਆਪਾਂ ਆਪਣੇ ਆਏ ਹੋਏ ਮਹਿਮਾਨਾਂ ਦੀ ਆਪਾਂ ਜਾਣ ਪਹਿਚਾਣ ਜਿਹੜੀ ਕਰਾ ਦਈਏ ਰਾਜਾ ਜੱਟ ਸਾਡਾ ਵੀਰ ਜਗਨ ਸੋਢੋ ਸਾਰੇ ਵੀਰ ਦੋਨੋਂ ਟੀਮਾਂ ਲੈਣ ਆ ਪਹੁੰਚਗੀਆਂ ਰੱਗੀ ਤੇ ਭੜਿਆਰੀ ਦੀਆਂ ਟੀਮਾਂ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਾਣ ਪਹਿਚਾਣ ਦੇ ਲਈ ਜਿੰਨੇ ਵੀ ਦੇਸ਼ ਦੇ ਸਤਿਕਾਰ ਜੋ ਉੱਗੇ ਰਹੇ ਸਾਰੇ ਨਾਲ ਆ ਜਾਣਗੇ ਗਿਆਰਾਂ ਸੱਤ ਨਾਲ ਸਾਈਡਾਂ ਚੇਂਜ ਨੇ ਓਕੇ ਜੀ ਓਕੇ ਪਿੰਡਾ ਸੰਧੂ ਸ਼ੇਅਰ ਕਰਿਓ ਬਾਈ ਬਹੁਤ ਬਹੁਤ ਧੰਨਵਾਦ
11 ਪੁਆਇੰਟ ਪਨੇਰੀ 7 ਪੁਆਇੰਟ ਲੰਗੀ ਗਿਆ ਆਊਟ ਬੋਲ ਨੰਬਰ 11 ਸੱਤ ਫੇਰ ਤੋਂ ਚੇਂਜ ਹੈ ਜੀ
ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਬੀਰ ਸਿੰਘ ਜੀ ਨੇ 11-7 ਨੰਬਰ ਜੀ ਸਾਡੇ ਦਰਬਾਰ ਪੁੱਜੇ ਨੇ 11-7 ਉਹਨਾਂ ਦਾ ਅੱਜ ਦੇ ਸਵੱਡੇ ਕੰਮ ਦੇ ਅੰਦਰ ਪਹੁੰਚਣ ਦੇ 12ਵਾਂ ਜੋੜ ਤੇ ਬਾਗੜੀ ਨੇ ਬਹੁਤ ਵੱਡਾ ਧੰਨਵਾਦ ਹੈ। ਸਮੇਂ ਸਮੇਂ ਦੇ ਨਾਲ ਸਾਰੇ ਵੀਰਾਂ ਦੀ ਅੱਜ ਵੱਡੀ ਜਿਹੜੀ ਹਾਜ਼ਰੀ ਹੋਵੇਗੀ, ਵੱਡਾ ਧੰਨਵਾਦ ਆਪਾਂ ਕਰਾਂਗੇ ਸਾਰੇ ਸਤਿਕਾਰ ਤੇ ਬਾਅਦ ਜੋ ਉਚੇਰੇ ਵੱਜ ਰਹੇ ਹੈ। ਮੈਚ ਵੀ ਮੇਰੇ ਪੰਜਾਬੀ ਵੀਰੋ ਬਾਹਲਾ ਤਕੜਾ ਖੇਡਿਆ ਜਾ ਰਿਹਾ ਇੱਕ ਨੰਬਰ ਗਰਾਊਂਡ ਦੇ ਵਿੱਚ। ਇੱਕ ਪਾਸੇ ਕਹਿੰਦੇ ਬਠਿੰਡਾ ਜ਼ਿਲ੍ਹਾ ਖੇਡ ਰਿਹਾ ਹੈ, ਦੂਜੇ ਪਾਸੇ ਬੰਨੇ ਹਰਿਆਣੇ ਵਾਲੇ ਖੇਡ ਰਹੇ ਹੈ। ਜ਼ਿਲ੍ਹਾ ਸਰਸਾ ਕਹਿੰਦੇ ਖੇਡ ਰਿਹਾ, ਹਰਿਆਣੇ ਦਾ ਬੜਾ ਮਸ਼ਹੂਰ ਜ਼ਿਲ੍ਹਾ ਹੈ ਤੇ ਜ਼ਿਲ੍ਹਾ ਸਰਸਾ ਕਹਿੰਦੇ ਭੁਨਾਰੀ ਪਿੰਡ ਹੈ। ਦੋਸਤਾਂ ਦੇ ਜੇਤੂ ਗੱਡੀਆਂ ਦੇ ਨਾਲ ਸਨਮਾਨੇ ਜਾਣ ਵਾਲੇ ਖਿਡਾਰੀ ਖੇਡ ਰਹੇ ਹੈ। ਉੱਧਰ ਕਾਲੀਅਲ ਦੀ ਟੀਮ ਜਿਹੜੀ ਜਿੱਤ ਗਈ ਹੈ, ਕਾਲੀਅਲ ਦੇ ਮੁੰਡੇ ਜਿੱਤ ਗਏ ਹੈ। ਸੋਹਣਾ ਮੈਚ ਖੇਡਿਆ ਗਿਆ। ਮੈਨੂੰ ਲੱਗਦਾ ਵੀ ਨੰਬਰ ਵੀ ਇੱਧਰ ਤੇ ਵੀ ਰਿਹਾ ਬਰਾਬਰੀ ਤੇ ਹੈ, ਪਰ ਲੋਕਾਂ ਵੀ ਇਕੱਲੀ ਇਕੱਲੀ ਅੱਖ ਜਿਹੜੀ ਉਹ ਗਰਾਊਂਡ ਨੰਬਰ ਇੱਕ ਦੇ ਉੱਤੇ ਟਿੱਕੀ ਹੋਈ ਹੈ। ਬਹੁਤ ਵੱਡਾ ਕੱਪ ਮੇਰੇ ਮਿੱਤਰੋਂ ਖੇਡਿਆ ਜਾ ਰਿਹਾ, ਬੜੇ ਸਤਿਕਾਰ ਦੇ ਵੀਰ ਨੇ ਭਰਾ ਸਾਡੇ ਜਿਹੜੇ ਵੀਰ ਅੱਜ ਦਾ ਵੱਡਾ ਮੇਲਾ ਕਰਵਾ ਰਹੇ ਨੇ। ਔਰ ਦਿਲੋਂ ਧੰਨਵਾਦ ਮੰਨਦੇ ਸਾਰੇ ਭਰਾਵਾਂ ਦਾ ਕਰਦਾ, ਭਾਈ ਗਗਨ ਸੋਮਲ ਪ੍ਰਧਾਨ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ, ਨਾਲ ਭਾਈ ਰਾਜਨ ਜੰਡ ਜੀ ਔਰ ਚਰਨਜੀਤ ਸੋਮਲ ਜੀ, ਨਾਲ ਭਾਈ ਨਰਿੰਦਰ ਸੋਮਲ, ਦਰਸ਼ ਸਿੰਘ, ਹਰਿੰਦਰ ਜਿੰਦ, ਤੇਜਿੰਦਰ ਵਿੱਕੀ, ਨਾਲ ਭਾਈ ਮਹਿੰਦਰ ਟਿੱਪੂ, ਨਰਿੰਦਰ ਨਿੰਦਾ ਭਰਾ, ਨਾਲ ਭਾਈ ਸਨੀ ਜੰਗ ਤੇ ਬਾਈ ਅਰਸ਼ਦੀਪ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ। ਭਰਾ ਸਾਡੇ ਅੱਜ ਦਾ ਵੱਡਾ ਮੇਲਾ ਕਰਵਾ ਰਹੇ ਨੇ। A34 ਬਹੁਤ ਸੋਹਣਾ ਮੈਚ ਮੇਰੇ ਪੰਜਾਬੀ ਵੀਰੇ ਦੇ ਮੁੰਡਾ ਬੰਗੀ ਵਾਲਾ ਗੋਪੀ ਗੋਪੀ ਕਹਿੰਦੀ ਹੈ ਦੁਨੀਆ, ਆਓ ਬੱਲੋ ਵਾਲਾ ਦੇਸੀ ਜੱਟ ਕਹਿੰਦੀ ਦੁਨੀਆ ਹੈ। ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਆਹ ਮੁੰਡੇ ਨੂੰ ਕਹਿੰਦੇ ਕੋਟ ਕਪੂਰੇ ਵਾਲਾ ਫਾਟ ਕਹਿੰਦੀ ਹੈ ਦੁਨੀਆ ਹੈ। ਖੰਜਰ ਵਾਲੀਆ ਇਹ ਦੋਸਤ ਦਾ ਦੂਜਾ ਨਾਮ ਹੈ, ਦਾਤਾ ਦੁੱਖ ਬੜਾ ਬੈਠੀ ਬੱਖੀ ਵਿੱਚ ਬੱਜੇ ਹੋਰੇ ਦਾ, ਆ ਬੰਦ ਪਿਆ ਦਰਵਾਜ਼ਾ ਜੋ ਫਾਟੀ ਕੋਟ ਕਪੂਰੇ ਦਾ। ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ, ਬਾਲ ਫਿਰ ਆਊਟ ਹੈ, ਨੰਬਰ ਕਹਿੰਦੇ ਫਿਰ ਹਰਿਆਣੇ ਦੇ ਖਾਤੇ ਜੁੜ ਗਿਆ ਹੈ। ਬੱਲੋ ਵਾਲੇ ਦੁਨੀਆ ਪਾਰ ਕਰਦੀ ਹੈ, ਕਰੋ ਤੇ ਮਰੋ ਵਾਲੀ ਗੱਲ ਕਰਦੀ ਹੈ। ਨੰਬਰ 13ਵਾਂ ਲੱਗ ਗਿਆ, ਉੱਧਰ ਨੰਬਰ 8 ਹੈ, 5 ਨੰਬਰਾਂ ਦਾ ਕਹਿੰਦੇ ਫਰਕ ਪੈ ਗਿਆ ਖੇਡ ਮੈਦਾਨ ਦੇ ਵਿੱਚ। ਪਰ ਨੰਬਰ ਮੈਨੂੰ ਲੱਗਦਾ ਵੀ 14ਵਾਂ ਲੱਗ ਗਿਆ ਮੈਚ, ਹੋਰ ਵੀ ਪਤਾ ਲੱਗ ਜੂ ਕਿੰਨਾ ਡੂੰਘਾ ਪਾਣੀ, ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਣੇ, ਕੋਈ ਮਿੱਤਰੂ ਬੜੇ ਮੇ ਖਾਣੀ ਡਾਂਗ ਤੇ ਡੇਰਾ ਜੱਟਦਾ, ਇਹ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਣੇ, ਕੋਈ ਮਿੱਤਰੂ ਬੜੇ ਮੇ ਖਾਣੀ। ਇਹ ਮੁੰਡਾ ਕਹਿੰਦੇ 2 ਸਕੂਟਰ 3 ਮੋਟਰਸਾਈਕਲਾਂ ਦਾ ਜੇਤੂ ਹੈ, ਇਹਦਾ ਖੰਜਰ ਵਾਲ ਪਿੰਡ ਹੈ, ਛੋਟਾ ਜਿਹਾ ਪਿੰਡ ਹੈ ਬੱਲਾਪੁਰ ਦਾਖੇ ਇਲਾਕੇ ਦਾ। ਉਹ ਕਹਿੰਦੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ, ਬੜਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ। ਉੱਧਰ ਬਹੁਤ ਸਤਿਕਾਰਯੋਗ ਸਾਡੇ ਚੀਜ ਮਿੱਤਰਾਂ ਦੀ ਦੁਨੀਆ ਦੇ ਵਿੱਚ ਜੱਗਾ ਚੈਲ, ਨਾਲ ਸਾਡਾ ਅਰਸੀ ਚੈਲ, ਜੋ ਕਿ ਸਾਡੇ ਨਾਲ ਗੋਲਡੀ ਢਿੱਲੋ, ਸਾਰੇ ਵੀਰਾਂ
ਦੁਨੀਆ ਕਹਿੰਦੇ ਪਿਆਰ ਕਰਦੀ ਹੈ ਬੱਲੋ ਵਾਲੇ ਨੂੰ। ਅੱਜ ਕਈਆਂ ਦੇ ਫੋਨ ਆਏ ਵੀ ਜੇ ਬੱਲੋ ਵਾਲਾ ਆਊ ਤੇ ਬਾਈ ਫੇਰ ਦੇਖਣ ਆਉਣਾ ਹੈ। ਦੁਨੀਆ ਦੇ ਵਿੱਚ ਕਹਿੰਦੇ ਪਿਆਰ ਕੱਟਿਆ, ਇਹ ਪਿਆਰ ਵੀ ਕਿਸੇ ਕਿਸੇ ਦੇ ਹਿੱਸੇ ਆਉਂਦਾ। ਉਧਰ ਬਾਈ ਸੁੱਖੀ ਧਰੂਰ ਸਨਮਾਨ ਜਿਹੜਾ ਉਹ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਉਹ ਕੀਤਾ ਜਾਣਾ। ਬਹੁਤ ਵੱਡੀ ਮੁਬਾਰਕਬਾਦ ਆ ਭਰਾ ਸਾਡੇ ਨੂੰ। ਉਧਰ ਸਾਡਾ ਵੱਡਾ ਬਾਈ ਆ ਬਾਈ ਫਤਿਹ ਪਟਿਆਲਾ, ਉਹ ਵੀ ਸਾਡੇ ਦਰਬਾਰ ਪੁੱਜਿਆ ਅੱਜ ਇਸ ਵੱਡੇ ਕੱਪ ਦੇ ਤੇ। ਉਹ ਵੀਰ ਦਾ ਵੀ ਤੁਹਾਨੂੰ ਧੰਨਵਾਦ ਹੈ। ਪਰ ਮੈਚ ਦੇ ਮਿੱਤਰੋ ਕਰਾਊਂ ਨੰਬਰ ਇੱਕ ਦਾ ਜਿਹੜਾ ਆਲੇ ਕਰਜ਼ੇ ਦਾ ਖੇਡਾ ਜਾ ਰਿਹਾ ਮਿੱਤਰਾ, ਬੱਲੋ ਵਾਲਾ ਕਹਿੰਦੇ ਗੋਪਾ ਪੁੱਜਿਆ ਹੋਇਆ। ਹੁਣ ਦੁਨੀਆ ਮੇਰੇ ਮਿੱਤਰੋ ਮਹਾਮੁਹੀ ਪਿਆਰ ਕਰਦੀ ਹੈ ਤੇ ਸੱਤ ਸਮੁੰਦਰੋਂ ਪਾਰ ਚੜ੍ਹਦੇ ਹੁੰਦੇ ਆ ਜੱਟ ਦੇ। ਇੱਧਰ ਬਾਈ ਸੁੱਖੀ ਧਰੋਏ ਦਾ ਸਨਮਾਨ ਜਿਹੜਾ ਉਹ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ, ਬਹੁਤ ਵੱਡਾ ਧੰਨਵਾਦ ਮੈਂ ਤੇ ਵੀਰ ਦਾ ਕਰਦਾ। ਬਾਕੀ ਵੱਡੇ ਪਿਆਰ ਵੱਡੇ ਪਾਰ ਦਿੱਤੇ ਜਾ ਰਹੇ ਆ ਬੱਲੋ ਵਾਲਿਆ। ਮਾਣ ਕਰਦੇ ਗਾ ਹੁਣ ਸੁੰਬ ਲੜ ਗਏ ਤੇ ਮਾਣ ਕਹਿੰਦੇ ਮੁੰਡਿਆਂ ਦਾ ਰੱਖਣਾ ਪੈਣਾ ਹੈ। ਬੱਲੋ ਪਿੰਡ ਅੱਤ ਦਾ ਟੈਕਟਰ ਹੈ ਪੂਰਾ ਅੱਤ ਦਾ, ਬਾਲ ਵਿੱਚ ਮਾਰਦਾ ਆਪਾਂ ਦੇ ਸਪੀਡ ਤੇ ਦਿੱਤਾ ਹੈ ਡਿਫੈਂਸ ਹਲਾ ਨੇੜੇ ਵਾਲੀ ਆ। ਬੱਲੋ ਦੇ ਗੋਪੇ ਦਾ ਮੁੱਲ ਕੋਈ ਨਾ, ਕਹਿੰਦੇ ਬੱਲੋ ਦੇ ਗੋਪੇ ਦਾ ਮੁੱਲ ਕੋਈ ਨਾ। ਇਹਦੇ ਬਾਈ ਸੁੱਖੇ ਧਨੋਏ ਦਾ ਮਾਣ ਜਿਹੜਾ ਕੀਤਾ ਜਾ ਰਿਹਾ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ। ਬਹੁਤ ਪਿਆਰਾ ਵੀਰ ਆ ਔਰ ਕਲੱਬ ਦੇ ਨਾਲ ਬੜਾ ਪਿਆਰ ਆ ਸਾਡੇ ਭਰਾ ਦਾ। ਬਾਈ ਸੁੱਖੇ ਧਨੋਏ ਦਾ ਮਾਣ ਜਿਹੜਾ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਜਾ ਰਿਹਾ, ਬਹੁਤ ਵੱਡੀ ਮੁਬਾਰਕਬਾਦ ਆ ਭਰਾ ਸਾਡਿਆਂ ਨੂੰ। ਔਰ ਇੱਧਰ ਮੈਚ ਵੀ ਮੇਰੇ ਮਿੱਤਰੋ ਆਲੇ ਦਰਜੇ ਦੇ ਖੇਡੇ ਜਾ ਰਹੇ ਨੇ। ਮੈਚ ਕਹਿੰਦੇ ਬਹੁਤ ਤਕੜਾ ਬੱਲੋ ਵਾਲਾ ਬੱਲੋ ਵਾਲਾ ਬੱਲੋ ਵਾਲਾ, ਇਹ ਕਹਿੰਦੇ ਮਾਤਾ ਦਾ ਮੁੰਡਾ ਪੰਜਾਬ ਹਰਿਆਣੇ ਰਾਜਸਥਾਨ ਦੇ ਵਿੱਚ ਚਰਚਾ ਹੈ। ਬੜਾ ਤਕੜਾ ਮੈਚ ਪਰ ਸਬਲ ਦਾ ਫੇਰ ਕਹਿੰਦੇ ਬਠਿੰਡੇ ਵਾਲਿਆਂ ਦੇ ਖਾਤੇ ਜੁੜ ਗਈ ਹੈ। ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਬੱਲੋ ਪਿੰਡ ਜੱਟ ਦਾ ਟੈਕਟਰ ਹੈ ਪੂਰਾ ਅੱਤ ਦਾ, ਬਾਲ ਵਿੱਚ ਮਾਰਦਾ ਆਪਾਂ ਦੀ ਸਪੀਡ ਦਿੱਤਾ ਹੈ ਡਿਫੈਂਸ ਹਲਾ ਨੇੜੇ ਵਾਲੀ ਆ। ਬੱਲੋ ਦੇ ਗੋਪੇ ਦਾ ਮੁੱਲ ਕੋਈ ਨਾ, ਬਾਲਾ ਬੁੱਕਲਾਂ ਚ ਦਿੰਦਾ ਹੈ ਪਸਾ ਨੇੜੇ ਵਾਲੀ ਆ। ਬੱਲੋ ਦੇ ਗੋਪੇ ਦਾ ਮੁੱਲ ਕੋਈ ਨਾ। ਬਹੁਤ ਬੜਾ ਧੰਨਵਾਦ। ਉਧਰੋਂ ਗਰਾਊਂਡਾਂ ਦੀ ਕਾਰਵਾਈ ਵੀ ਬਹੁਤ ਜ਼ਰੂਰੀ ਹੈ, ਪਰ ਜਿੰਨੇ ਵੀ ਸਾਡੇ ਭਰਾ ਪੁੱਜਦੇ ਜਾ ਰਹੇ ਆ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ। ਬਾਈ ਗੁਰਜੋਤ ਪੁਣੀਆ ਨਾਲ ਬਾਈ ਸੁਭਮ ਤੇ ਨਾਲ ਬਾਈ ਲਵਨੀਤ ਭਰਾ ਸਾਡਾ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ। ਜਿਹੜੇ ਵੀਰ ਅੱਜ ਦੇ ਸਬੰਧ ਕੱਪ ਦੇ ਉੱਤੇ ਆਓ ਮੇਰੇ ਮਿੱਤਰੋ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਉਣ ਦੇ ਵਿੱਚ ਪੁੱਜੇ ਹੋਏ ਹੈ। ਗਰਾਊਂਡ ਨੰਬਰ ਇੱਕ ਦਾ ਬੜਾ ਟਾਪ ਦਾ ਮੈਚ ਹੈ, ਫਿਰੋਜ਼ਸ਼ਾਹ ਬੀ ਤੇ ਖਿੱਲ ਲੁਧਿਆਣਾ। ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਇਹ ਖਿਡਾਰੀ ਵੀਰ ਗਰਾਊਂਡ ਨੰਬਰ ਇੱਕ ਦੇ ਲਾਗੇ ਆ ਜਾਣਗੇ ਤੇ ਚੁੱਕੇ ਇਹ ਮੁੰਡੇ ਵੀ ਆਉਣ ਦੀ ਗਰਾਊਂਡ ਨੰਬਰ 2 ਦੇ ਲਾਗੇ। ਪਰ 2 ਨੰਬਰ ਗਰਾਊਂਡ ਦਾ ਮੈਚ ਵੀ ਉਹ ਬੜਾ ਸੋਹਣਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ। ਇੱਧਰ ਕਹਿੰਦੇ ਉਹ ਚੜ੍ਹਦੇ ਕਹਿੰਦੇ ਨਾਮੇ ਦੇ ਹੁੰਦੇ ਆ, ਪਰ ਆਹ ਕਰਨਾ ਹੈ ਤਾਂ ਉਹ ਦੁਨੀਆ ਦਾ ਇੱਕ ਵੱਡਾ ਮਲਦਾ ਹੈ ਤੇ ਨਾਲ ਗੁਰੀਕੋਟ ਦਾ ਕਾਲੀਆ ਦੇ ਪਿੰਡ ਦਾ ਹੈ। ਪਰ ਉੱਧਰ ਵੀ ਸ਼ਰਾਬਾਂ ਵਾਲੇ ਮੁੰਡੇ ਹੈ ਤੇ ਗਲਤੀ ਕਹਿੰਦੇ ਇੱਧਰ ਮੈਨੂੰ ਲੱਗਦਾ ਵੀ ਕਰਨੇ ਨੇ ਕਰ ਦਿੱਤੀ। ਉਹ ਕਰਨੇ ਗਲਤੀ ਕਰ ਦਿੱਤੀ ਹੈ ਚੁੱਕਿਆ ਵਾਲਾ ਕਹਿੰਦੇ ਕਿੰਗ ਉਹ ਲੇਲੇ ਜੁੱਤੀ ਕਰਦਾ ਹੈ ਫੈਸਲੇ ਹੋ
ਕਰੋੜ ਕਰੋੜਾਂ ਦੇ ਲੱਖਾਂ ਨਾਲ ਟ੍ਰੈਕਟਰ ਮਿਲਦੇ ਰਸੀਦ ਵਾਲਿਆ ਕਾਲਿਆ ਖੇਡ ਕੇ ਖੇਡਾਂ ਨੂੰ ਸਭ ਅਰਮਾਨ ਪੂਰੇ ਹੁੰਦੇ ਮਿਲਦੇ ਉਧਰ ਅੱਜ ਦਿਲਾਂ ਦੇ ਅਰਮਾਨ ਪੂਰੇ ਕਰਨ ਵਾਲੀ ਖੇਡ ਖੇਡੀ ਜਾ ਰਹੀ ਹੈ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਆ ਬਾਈ ਪ੍ਰਗਟ ਰਾਏ ਰਾਏਪੁਰ ਕਲਾਂ ਤੋਂ ਉਹ ਵੀ ਪੁੱਜੇ ਨਾਲ ਡੀ ਪੀ ਮਾਸਟਰ ਜੀ ਉਹ ਪੁੱਜੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਬੜੇ ਪਿਆਰੇ ਤੇ ਸਤਿਕਾਰਯੋਗ ਵੀਰ ਨੇ ਸਾਡੀ ਜ਼ਿੰਦਗੀ ਦੇ ਪਰ ਉਧਰ ਵੀ ਮੈਚ ਬੜੇ ਸੋਹਣੇ ਖੇਡੇ ਜਾ ਰਹੇ ਨੇ ਸਾਰੇ ਵੀਰਾਂ ਦਾ ਧੰਨਵਾਦ ਹੈ ਜਿੰਨੇ ਵੀ ਸਾਡੇ ਰੱਬ ਰੂਪੀ ਸੰਗਤ ਪੁੱਜੀ ਹੈ ਤੇ ਸਾਰੀ ਸਾਧ ਸੰਗਤ ਦਾ ਉਹ ਦਿਲੋਂ ਧੰਨਵਾਦ ਬੰਦੇ ਕਰਦਾ ਪਰ ਇੱਧਰ ਤੇ ਉਹ ਵੱਡੇ ਵੱਡੇ ਮੱਲਾਂ ਦੀ ਟੱਕਰ ਹੈ ਪਰ ਇੱਧਰ ਗੱਲਾਂ ਬਾਤਾਂ ਪੱਟੀਆਂ ਦੇ ਮੇਲੇ ਹੋਰ ਗਏ ਨੌਜਵਾਨ ਗੱਲਾਂ ਬਾਤਾਂ ਪੱਟੀਆਂ ਨੇ ਵੀ ਘੱਟ ਨੀ ਰੋਨਾਲਡੋ ਤੋਂ ਕਿਰਪਾ ਤੇ ਸਾਡਾ ਮਾਣ ਬਲੀਏ ਲੋਕੀ ਆਖਦੇ ਸੱਤੇ ਨੂੰ ਤੂਫਾਨ ਤੇ ਹੌਲਦਾਰ ਕੱਪੇ ਜਿੱਥੇ ਪਾ ਗਿਆ ਉੱਕੇ ਨਾ ਉੱਥੇ ਘਾਹ ਨਾ ਖੜੋ ਸਭ ਖੇਡਾਂ ਦਾ ਉਹ ਕਰੇਜ ਫਿੱਕਾ ਪੈ ਜੂਗਾ ਦੇਖੇ ਦੇ ਵਾਲੀ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬਾਈ ਕਮਲ ਸੁਮਲ ਕੈਨੇਡਾ ਜੀ ਹਰਪ੍ਰੀਤ ਸਿੰਧ ਕੈਨੇਡਾ ਹਰਜੋਤ ਸਿੰਧ ਕੈਨੇਡਾ ਇਹਨਾਂ ਵੀਰਾਂ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਸਵੱਡੇ ਕੱਪ ਦੇ ਲਈ ਔਰ ਦਿਲੋਂ ਗਵਾਵਾਂ ਨੇ ਦਿਲੋਂ ਪਿਆਰਾ ਵੀਰਾਂ ਦੇ ਲਈ ਪਰ ਇੱਧਰ ਵੀ ਮੇਰੇ ਮਿੱਤਰੋ ਉਹ ਦੁਨੀਆ ਦੇ ਕਹਿੰਦੇ ਵੱਡੇ ਮੱਲਾਂ ਦੀ ਟੱਕਰ ਜਿਹੜੀ ਉਹ ਖੇਡ ਗਰਾਊਂਡ ਦੇ ਅੰਦਰ ਖੇਡੀ ਜਾ ਰਹੀ ਹੈ ਸੋਲਾਂ ਜਿਹੜੇ ਨੰਬਰ ਹੈ ਡੀਸੀ ਉਹ ਹਰਿਆਣੇ ਵਾਲੇ ਮੁੰਡਿਆਂ ਦੇ ਹੈ ਤੇ 9 ਨੰਬਰ ਹੈ ਉਹ ਪੰਜਾਬ ਦੀ ਟੀਮ ਦੇ ਹੈ ਬੜਾ ਸੋਹਣਾ ਮੈਚ ਲੋਕੀਲਾ ਬੱਗੀ ਵਾਲਾ ਮੁੰਡਾ ਤੋਂ ਜੋੜ ਕੇ ਆਪਣੀ ਟੀਮ ਦੇ ਲਈ ਉਧਰ ਸਾਡੇ ਸਰਕਾਰ ਦੇ ਬਾਜੂ ਤੇਰੇ ਸਟੇਜ ਤੇ ਬੈਠੇ ਮੈਚਾਂ ਦਾ ਆਨੰਦ ਮਾਣ ਰਹੇ ਹੈ ਸਾਰੇ ਵੀਰਾਂ ਦੀ ਅੱਜ ਪਹਿਲੀ ਹਾਜ਼ਰੀ ਹੈ ਬੜਾ ਧੰਨਵਾਦ ਆਪਾਂ ਕਰਾਂਗੇ ਮੈਚ ਕਹਿੰਦੇ ਇੱਧਰ ਵੀ ਸਰਾਵਾਂ ਤੇ ਕਾਲੀਅਲ ਦਾ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਜਿਹੜੀ ਜਿੱਤ ਗਈ ਉਹਨੇ ਸੇਮੀ 'ਚ ਪ੍ਰਵੇਸ਼ ਕਰ ਜਾਣਾ ਜਿਹੜੇ ਮੁੰਡੇ ਜਿੱਤ ਗਏ ਉਹ ਕਹਿੰਦੇ ਸੇਮੀ 'ਚ ਪ੍ਰਵੇਸ਼ ਕਰ ਜਾਣਗੇ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਦੋਨੋ ਟੀਮਾਂ ਕਹਿੰਦੇ ਕਮਾਲ ਦੀਆਂ ਟੀਮਾਂ ਹੈ ਅੰਨਾ ਬੰਦਾ ਰਾਹ ਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ ਬੈਰੀ ਦੇ ਕਰ ਕਹਿਣ ਸਿਆਣੇ ਭੁੱਲ ਕੇ ਵੀ ਖਾਣਾ ਖਾਈਏ ਨਾ ਜੋ ਰੱਸੀ ਦਾ ਸੱਪ ਬਣਾਵੇ ਗੱਲ ਕਿਸੇ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋਨਾ ਚੁਗਲੀ ਇੱਕ ਪਾੜੇ ਤੇ ਹੱਸੀਏ ਨਾ ਇੱਕ ਕਿਸੇ ਦੀ ਕਰੋਨਾ ਚੁਗਲੀ ਦੋਨੋਂ ਟੀਮਾਂ ਕਹਿੰਦੇ ਕਮਾਲ ਦੀਆਂ ਲਓ ਮੁੰਡਾ ਰਾਜਪਾਲ ਬਾਗੜੀ ਕੇਰ ਸਿੰਘ ਦਾ ਪੁੱਤਰ ਇਹ ਵੀ ਮੁੰਡਾ ਕਹਿੰਦੇ ਕਈ ਲੇਡੀਆਂ ਦਾ ਜੇਤੂ ਹੈ ਜਨੇਦਪੁਰੀ ਰਣਜੀਤ ਦੇ ਨਾਲ ਕਹਿੰਦੇ ਯਾਰੀ ਹੈ ਮੁੰਡੇ ਦੀ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਟੱਕਰ ਕਹਿੰਦੇ ਜਾਂ ਸਾਰੇ ਦੋਨੋਂ ਟੀਮਾਂ ਦੇ ਦਰਮਿਆਨ ਪਾਸੀਆਂ ਵੇਟ ਵਾਲਾ ਇਹ ਕਹਿੰਦੇ ਚਹੇਤਾ ਖਿਡਾਰੀ ਪੂਣੀਆਂ ਦੇ ਬੱਲੀ ਰਹਿ ਮਾਨ ਸਨਮਾਨ ਦੇ ਵਿੱਚ ਕਹਿੰਦੇ ਮੁੰਡੇ ਨੂੰ ਗੱਡੀ ਮਿਲੀ ਹੈ ਗੱਲਾਂ ਵੱਡੀਆਂ ਹੋਈਆਂ ਲਈ ਰਾਜਨ ਬਾਈ ਤਿੰਨੋਂ ਗਰਾਊਂਡਾਂ ਦੇ ਵਿੱਚ ਪਾਣੀ ਆਪਾਂ ਪਹੁੰਚਦਾ ਕਰ ਦਈਏ ਸਾਡੇ ਵੇਟਰ ਵੀਰਾਂ ਨੂੰ ਬੇਨਤੀ ਹੈ ਪਾਣੀ ਵਾਲੀਆਂ ਬੋਤਲਾਂ ਦੋਨੋਂ ਗਰਾਊਂਡਾਂ ਦੇ ਵਿੱਚ ਪਹੁੰਚਦੀਆਂ ਕਰਦੇ ਬੜੀ ਮਿਹਰਬਾਨੀ ਹੋਵੇਗੀ ਸੋਹਣਾ ਮੁਕਾਬਲਾ ਫਰਕ ਕਹਿੰਦੇ ਕਾਫੀ ਹੈ ਨੰਬਰਾਂ ਦਾ ਇਹਦੂ ਅਗਲਾ ਮੈਚ ਵੀ ਬਹੁਤ ਤਕੜਾ ਖੇਡਿਆ ਜਾਣਾ ਘੱਟਿਆਂ ਵਾਲੀ ਤੇ ਚੁੱਕਿਆਂ ਦੀ ਡਾਂਗ ਤੜਕਣੀ ਹੈ ਮੈਚ ਨਹੀਂ ਕਹਿੰਦੇ ਇੱਕ ਜੰਗ ਖੇਡੀ ਜਾਣੀ ਹੈ ਅਗਲਾ ਮੈਚ ਵੀ ਬਹੁਤ ਤਕੜਾ ਹੈ
ਰੋਸਾ ਪੀ ਤੇ ਗੱਲਾਂ ਦੇ ਜੇਤੂ ਦੇ ਟਾਈਆਂ ਦੇ ਪੈਣੀਆਂ ਜੀ ਮੈਚ ਇਹ ਵੀ ਕਦੇ ਦੇਖਣ ਯੋਗ ਹੈ ਅਗਲੇ ਟਾਈਆਂ ਪੈਣੀ ਤੇ ਕੁਆਟਰ ਚੱਲਦੇ ਨੇ ਕੁਆਟਰ ਗਰਾਊਂਡਾਂ ਦੇ ਬਿਲਕੁਲ ਨੇੜੇ ਰਹਿਣਗੀਆਂ ਜੀ ਵਾਹ ਜੀ ਵਾਹ ਉੱਧਰ ਬਹੁਤ ਵਧੀਆ ਮੁਕਾਬਲੇ ਜਿਹੜੇ ਗਰਾਊਂਡ ਦੇ ਵਿੱਚ ਚੱਲਦੇ ਹੋਏ ਸੋ ਬਹੁਤ ਲੱਕੜੀਆਂ ਬੋਲਾਂ ਲਾਈਆਂ ਨੇ ਮੁੰਡੇ ਪਨਿਆਰੀ ਵਾਲੇ ਸ਼ਖਸੀਤ ਖੇਡ ਪ੍ਰਮੋਟਰ ਹੋਰ ਗਲਤੀ ਕਰ ਬੈਠਾ ਮੁੰਡਾ ਬੰਗੀ ਵਾਲਾ ਨੰਬਰ 17 ਹੋ ਗਏ ਜੀ 17 ਹੋ ਗਏ 18 ਹੋ ਗਏ ਲਾਡੀ ਨਾਗਰਾ ਜੀ 18 ਹੋ ਗਏ ਜੀ ਨੰਬਰ 18 9 ਹੈ ਜੀ ਨੰਬਰ ਇਹ ਵੱਡੇ ਖੇਡ ਪ੍ਰਮੋਟਰ ਨੇ ਸੋ ਬਹੁਤ ਵਧੀਆ ਆਪ ਵੀ ਵੱਡੇ ਵੱਡੀਆਂ ਖੇਡਾਂ ਕਰਾਉਂਦੇ ਨੇ ਆਪਣੇ ਨਗਰਾਂ ਦੇ ਵਿੱਚ ਸੋ ਬਹੁਤ ਵਧੀਆ ਧੰਨਵਾਦ ਹੈ ਇਹਨਾਂ ਦਾ ਜੋ ਸਮੇਂ ਚੋਂ ਸੰਗੀ ਵਾਲਾ ਮੁੰਡਾ ਖੇਡ ਸੈਂਟਰ ਚ ਆ ਗਿਆ ਬੱਲੋ ਵਾਲਾ ਬੋਲਾਂ ਤੇ ਬੋਲਾਂ ਮਾਰੀ ਆਉਂਦਾ ਹੈ ਕੈਦੀ ਜੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਨੇ ਸੋ ਸਾਰਿਆਂ ਦਾ ਵੱਡਾ ਧੰਨਵਾਦ ਹੋਰ ਵੱਡੀ ਗਲਤੀ ਕਰ ਗਿਆ ਮੁੰਡਾ ਬੰਗੀ ਵਾਲਾ ਤੇ ਨੰਬਰ 19 ਵਾ ਤਗੜੀ ਬਾਲ ਮਾਰੀ ਜਾਂਦਾ ਮੁੰਡਾ ਬਾਗੜੀ ਨੰਬਰ ਲਾਸਟ ਆ ਗਿਆ ਪਨਿਆਰੀ ਦੀ ਟੀਮ ਦਾ ਪਨਿਆਰੀ ਵਾਲੇ ਮੁੰਡਿਆਂ ਦਾ ਉਧਰ ਮਾਣ ਸਨਮਾਨ ਵੀ ਬੜੀ ਜ਼ਰੂਰੀ ਹੈ ਤੇ ਬੇਨਤੀ ਹੈ ਮੇਰੀ ਜਲਦੀ ਦੇ ਨਾਲ ਅਗਲਾ ਮੈਚ ਵੀ ਬਹੁਤ ਤਕੜਾ ਹੋਣਾ ਇੱਕ ਪਾਸੇ ਗਿੱਲ ਤੇ ਦੂਜੇ ਪਾਸੇ ਫਰੋਸਾ ਦੀ ਨੋਟ ਕਰ ਲਿਓ ਪਨਿਆਰੀ ਵਾਲੇ ਮੁੰਡੇ ਜਿੱਤ ਗਏ ਆ ਜੀ ਬਹੁਤ ਸੋਹਣਾ ਮੈਚ ਖੇਡਿਆ ਗਿਆ ਸਿਰੇ ਦੀ ਟੱਕਰ ਫਿਰ ਮੈਦਾਨ ਦੇ ਵਿੱਚ ਤੇ ਟੀਮ ਜੇਤੂ ਰਹੀ ਪਨਿਆਰੀ ਦੀ ਹਾਂ ਜੀ ਪਨਿਆਰੀ ਜੀ ਹਾਂ ਜੀ ਰੂਪੇ ਬਾਈ ਮੇਰਾ ਮੈਚ ਆ ਉਧਰ ਡੀਸੀ ਬਾਈ ਨੂੰ ਫੜਾ ਦੋ ਨਾਗ ਵੀ ਆ ਗਿਆ ਸਿਰੇ ਦੀ ਟੱਕਰ ਕੀਤੀ ਜਾਣੀ ਹੈ ਲਈ ਫੌਜੀ ਦਵਿੰਦਰ ਮੇਰੇ ਵਾਲੀ ਸਾਈਡ ਆ ਜਾ ਫੌਜੀ ਪਟਿਆਰੀ ਆ ਗਿਆ ਤੇ ਇੱਕ ਮਿੰਟ ਮੈਂ ਚਲਾਇਆ ਮਾਰ